ਸਤਿ ਪ੍ਰਭੂ ਸਤਿ ਸ਼੍ਰੀ ਅਕਾਲ। ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਅੱਜ ਇੱਕ ਹੋਰ ਤਾਜ਼ਾ ਜਾਣਕਾਰੀ ਲੈ ਕੇ ਆਇਆ। ਅਤੇ ਆਪਣੀ ਝੋਨੇ ਦੀ ਫਸਲ ਹੁਣ ਵੱਢਣ ਵਾਲੀ ਹੈ, ਵੱਢੀ ਜਾ ਰਹੀ ਹੈ। ਬਾਸਮਤੀਆਂ ਦਾ ਥੋੜ੍ਹਾ ਲੇਟ ਵੱਢਿਆ ਜਾਣਾ। ਅਗਲੀਆਂ ਫਸਲਾਂ ਦੇ ਵਿੱਚੋਂ ਕਣਕ ਅਤੇ ਸਰ੍ਹੋਂ ਆਲੂ ਵਗੈਰਾ ਫਸਲਾਂ ਆਉਣ ਵਾਲੀਆਂ ਹੈਗੀਆਂ, ਲੱਗਣ ਵਾਲੀਆਂ ਹੈਗੀਆਂ। ਆਪਾਂ ਨੂੰ ਜ਼ਰੂਰੀ ਜਾਣਕਾਰੀ ਮੇਲਿਆਂ ਦੇ ਵਿੱਚੋਂ ਪਤਾ ਲੱਗਦੀ ਹੈ ਅਤੇ ਮੇਲੇ ਹਰਿਆਣਾ ਅਤੇ ਪੰਜਾਬ ਦੇ ਤਾਂ ਖਤਮ ਹੋ ਚੁੱਕੇ ਨੇ। ਲੱਗਣ ਦਾ ਸਮਾਂ ਜਿਹੜਾ ਹੁਣ ਉਹ 3-4 ਮਹੀਨਿਆਂ ਬਾਅਦ ਮਾਰਚ ਦੇ ਵਿੱਚ ਸ਼ੁਰੂ ਹੋਵੇਗਾ। ਪਰ ਪੂਸਾ ਇੰਸਟੀਚਿਊਟ IARI ਦਿੱਲੀ ਵਿਖੇ ਇੱਕ ਵੱਡਾ ਸੰਮੇਲਨ ਹੋ ਰਿਹਾ 17-18 ਅਕਤੂਬਰ ਨੂੰ, ਜਿੱਥੇ ਕਿ ਐਗਰੀਕਲਚਰ ਦਾ ਇੱਕ ਸਟਾਰਟਅਪ ਆ, ਇੱਕ ਕਨਕਲੇਵ ਆ, ਇੱਕ ਆਯੋਜਿਤ ਆ, ਜਿਹੜਾ ਕਿ ਕ੍ਰਿਸ਼ੀ ਮੰਤਰਾਲੇ ਵੱਲੋਂ ਕੀਤਾ ਗਿਆ। ਤੁਸੀਂ ਉਹਦੇ ਵਿੱਚ ਪਾਰਟਿਸਪੇਟ ਕਰ ਸਕਦੇ ਹੋ, ਮੇਲੇ ਦੇ ਤੌਰ 'ਤੇ ਉਹਨੂੰ ਦੇਖ ਸਕਦੇ ਹੋ। ਉੱਥੇ ਕਾਫੀ ਜ਼ਿਆਦਾ ਫਾਰਮਰ ਜਿਹੜੀ ਆਪਦੀ ਪ੍ਰੋਡਿਊਸ ਬਣਾ ਕੇ ਪ੍ਰੋਸੈਸ ਕਰਕੇ ਵੇਚਦੇ ਆ ਉਹ ਵੀ ਹੋਣਗੇ, ਅਤੇ ਪ੍ਰੋਸੈਸਿੰਗ ਦੇ ਵਿੱਚ ਵਰਤੀਆਂ ਜਾਂਦੀਆਂ ਤਕਨੀਕਸ ਅਤੇ ਪ੍ਰੋਸੈਸਿੰਗ ਦੇ ਲਈ ਵਰਤੀਆਂ ਜਾਂਦੀਆਂ ਮਸ਼ੀਨਸ, ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਉੱਥੇ ਕੰਪਨੀਜ਼ ਵੀ ਤੁਹਾਨੂੰ ਮਿਲਣਗੀਆਂ। ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ, ਪਰ ਜ਼ਰੂਰੀ ਜਾਣਕਾਰੀ ਇਹ ਆ ਕਿ ਆਪਣੀ ਫਸਲ ਝੋਨੇ ਦੀ ਕੱਟਣ ਵਾਲੀ ਆ ਅਤੇ ਤੁਹਾਡਾ ਹੁਣ ਹੱਕ ਬਣਦਾ, ਤੁਹਾਡਾ ਹੁਣ ਇੱਕ ਫੈਸਲਾ ਹੋ ਜਾਣਾ ਚਾਹੀਦਾ ਕਿ ਆਉਂਦੇ ਗੁਰਦਾਸਪੁਰ ਠੰਡੇ ਇਲਾਕਿਆਂ ਦੇ ਵਿੱਚ, ਜਿੱਥੇ ਝੋਨਾ ਥੋੜ੍ਹਾ ਪਹਿਲਾਂ ਵੀ ਲੱਗ ਜਾਂਦਾ, ਵਡਾਣਕ ਕਿਸਮਾਂ ਲੱਗਦੀਆਂ, ਉੱਥੇ ਜਿਹੜਾ ਫਿਜ਼ੀ ਵਾਇਰਸ ਆ ਉਹਨੇ ਬਹੁਤ ਜ਼ਿਆਦਾ ਖਰਾਬ ਕੀਤਾ ਅਤੇ ਫਸਲ ਦਾ 15-15-20-20 ਕੁਆਂਟਲ ਕਿੱਲੇ ਮਗਰ ਨੁਕਸਾਨ ਕਰਕੇ ਰੱਖ ਦਿੱਤਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕੁਝ ਸਾਵਧਾਨੀਆਂ ਦੇ ਨਾਲ ਚੱਲਣਾ ਪੈਣਾ। ਉਹਦੇ ਬਾਰੇ ਰਿਗਾਰਡਿੰਗ ਪਹਿਲਾਂ ਵੀ ਆਪਾਂ ਨੇ ਵੀਡੀਓ ਪਾਈਆਂ ਹੈਗੀਆਂ, ਆਉਣ ਵਾਲੇ ਸਮੇਂ 'ਚ ਵੀ ਪਾਵਾਂਗੇ, ਪਰ ਹੁਣ ਆਪਣਾ ਫਰਜ਼ ਬਣਦਾ ਹੈਗਾ ਕਿ ਜਿਹੜੀਆਂ ਆਪਾਂ ਅਪ੍ਰੈਲ ਦੇ ਵਿੱਚ ਕਣਕ ਦੀਆਂ ਵਰਾਇਟੀਆਂ ਪਾਰ, ਜੇਕਰ ਤੁਸੀਂ ਝੋਨੇ ਦੀ ਫਸਲ ਦੇ ਵਿੱਚ ਹੀ ਆਪਣੀ ਖੇਤੀ ਦੇ ਖੇਤ ਨੂੰ ਵਰਤਣ ਵਾਲੇ ਹੋ, ਤਾਂ ਤੁਹਾਨੂੰ ਵਰਾਇਟੀ ਹੁਣ ਫਾਈਨਲ ਕਰ ਲੈਣੀ ਚਾਹੀਦੀ ਹੈ। ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਵਾਇਰਸ ਕਰਕੇ ਨੁਕਸਾਨ ਹੋਇਆ, 4-5 ਵਰਾਇਟੀਆਂ ਲੰਮੇ ਸਮੇਂ ਦੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਵਾਇਰਸ ਨੇ ਬਹੁਤ ਜ਼ਿਆਦਾ ਇਫੈਕਟ ਕੀਤਾ। ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਅੰਮ੍ਰਿਤਸਰ ਸਾਹਿਬ ਅਤੇ ਫਾਈਨਲ ਕੀਤੀਆਂ ਸੀ, ਜਿਨ੍ਹਾਂ ਦਾ ਝਾੜ ਵਧੀਆ ਆਇਆ ਸੀਗਾ। ਜਿੱਦਾਂ ਮੈਂ ਵੀ ਤੁਹਾਨੂੰ ਕਹਿਣਾ ਹੈਗਾ ਕਿ ਸੁਨਹਿਰੀ ਲਾ ਲਓ, 766 ਲਗਾ ਲਓ, 869 ਲਗਾ ਲਓ, ਤੁਸੀਂ 30-86 ਵੀ ਲਗਾ ਸਕਦੇ ਹੋ, 29-67 ਵੀ ਲਗਾ ਸਕਦੇ ਹੋ, 28-51 ਵੀ ਲਗਾ ਸਕਦੇ ਹੋ, DBW 187, 222, 303 ਜਾਂ ਐਨੀ ਅਦਰ ਵਰਾਇਟੀ। 826 ਦਾ ਬੀਜ ਹਜੇ PAU ਕੋਲ ਵੀ ਬਹੁਤ ਥੋੜ੍ਹਾ ਸੀਗਾ, 2-2 ਕਿਲੋ ਬੀਜ ਮਿਲਿਆ, ਕਾਫੀ ਫਾਰਮਰ ਨਾਰਾਜ਼ ਹੋ ਜਾਂਦੇ। ਨਾਰਾਜ਼ ਹੋਣ ਦੀ ਲੋੜ ਨਹੀਂ, ਮੈਂ ਵੀ ਬੀਜ ਲਿੱਤਾ ਹੈਗਾ, ਮੈਂ ਵੀ PAU ਤੋਂ ਹੀ ਬੀਜ ਲਿੱਤਾ। ਮੇਲਾ ਮੇਰੇ ਲੋਕਲ ਮੇਲਾ ਬਠਿੰਡਾ ਖਤਮ ਹੋਣ ਤੋਂ 3 ਦਿਨ ਬਾਅਦ ਮੈਨੇ ਬੀਜ ਲਿੱਤਾ ਹੈਗਾ 869-766 ਦਾ, ਅਤੇ ਉਹ ਵੀ ਮੈਂ ਕੋਈ ਸਾਰੇ ਖੇਤ ਵਾਸਤੇ ਬੀਜ ਨਹੀਂ ਲਿੱਤਾ ਹੈਗਾ, ਮੈਂ ਸਿਰਫ 4 ਏਕੜ ਦੇ ਲਈ ਬੀਜ ਲਿੱਤਾ ਹੈਗਾ। ਅਤੇ ਆਪਾਂ ਨੂੰ ਲਾਈਨਾਂ ਦੇ ਵਿੱਚ ਖੜ੍ਹਨ ਦੀ ਲੋੜ ਨਹੀਂ ਹੁੰਦੀ, ਕੋਈ ਗੱਲ ਨਹੀਂ, ਅਗਰ ਬੀਜ ਚੰਗਾ ਹੈਗਾ ਤਾਂ ਅਗਲੀ ਵਾਰ ਲੈ ਲਾਂਗੇ, ਨਾਰਾਜ਼ ਹੋਣ ਦੀ ਲੋੜ ਨਹੀਂ। ਜਿਹੜੇ ਬੀਜ ਪਹਿਲਾਂ ਪਿਛਲੀ ਵਾਰ ਪਰਫੋਰਮੈਂਸ ਵਧੀਆ ਕਰਕੇ ਗਏ ਆ, ਉਹਨਾਂ ਨੂੰ ਹੁਣ ਸਾਵਧਾਨੀ ਤਹਿਤ ਲਗਾ ਲੈਣਾ ਚਾਹੀਦਾ। ਕੀ ਕਣਕਾਂ ਨੂੰ ਮਿਕਸ ਕਰਕੇ ਬੀਜਣਾ ਚਾਹੀਦਾ, ਕਿਹੜੀ ਵਰਾਇਟੀ ਕਿੰਨੇ ਦਿਨ ਦੀ ਆ, ਕਿਹੜੇ ਤਰੀਕੇ ਨਾਲ ਕਣਕ ਬੀਜਣੀ ਚਾਹੀਦੀ ਆ, ਤੁਸੀਂ ਅੱਗ ਲਾਉਣੀ ਆ, ਅੱਗ ਨਹੀਂ ਲਾਉਣੀ, ਪਰਾਲੀ ਦਾ ਪ੍ਰਬੰਧ ਕਰਨਾ ਜਾਂ ਪਰਾਲੀ ਚੁਕਾਉਣੀ ਆ, ਇਹ ਸਾਰੀਆਂ ਵੀਡੀਓ ਆਉਣ ਵਾਲੇ ਦਿਨਾਂ ਦੇ ਵਿੱਚ ਆਉਣੀਆਂ ਰਹਿਣੀਆਂ। ਰਿਕੁਐਸਟ, ਇੱਕ ਹੱਥ ਜੋੜ ਕੇ ਬੇਨਤੀ ਕਰਨੀ ਆ, ਪਿਛਲੇ 5 ਸਾਲਾਂ ਤੋਂ ਇਹੀ ਮੇਰਾ ਇੱਕ ਅਨੁਭਵ ਹੈ ਕਿ ਬੇਨਤੀਆਂ ਵੀ ਕਰ ਰਿਹਾ ਮੈਂ ਕਿ ਹਰ ਰੋਜ਼ ਤੁਹਾਨੂੰ ਜੇ ਵੀਡੀਓ ਦੇਖਣ ਦਾ ਟਾਈਮ ਤੁਹਾਡੇ ਕੋਲ ਨਹੀਂ ਹੈਗਾ, ਹਫ਼ਤੇ ਦੇ ਵਿੱਚੋਂ 2 ਦਿਨ ਕੱਢ ਲਿਆ ਕਰੋ, ਸੁਬਹਾ ਸਵੇਰੇ ਸ਼ਾਮ, ਜਿਸ ਤਰ੍ਹਾਂ ਤੁਸੀਂ ਰੋਟੀ ਖਾਂਦੇ ਹੋ, ਆਪਣੇ ਸਰੀਰ ਨੂੰ ਤੁਸੀਂ ਫੂਡ ਦਿੰਦੇ ਹੋ, ਇਹ ਤੁਹਾਡੇ ਕੰਮ ਦੇ ਲਈ ਮੇਰੀਆਂ ਵੀਡੀਓ ਫੂਡ ਦਾ ਕੰਮ ਕਰਨਗੀਆਂ। ਵੀਡੀਓ ਮਿਸ ਨਹੀਂ ਹੋਣੀ ਚਾਹੀਦੀ, ਇਹ ਬਹਾਨਾ ਮੈਨੂੰ ਲੱਭੇ ਨਾ ਕਿਸੇ ਪਾਸਿਓ ਵੀ ਤੁਹਾਡੀ ਵੀਡੀਓ ਮਿਸ ਹੋ ਗਈ। ਹਾਂ, ਲੇਟ ਦੇਖ ਸਕਦੇ ਹੋ, 1-2 ਦਿਨ ਲੇਟ ਦੇਖ ਸਕਦੇ ਹੋ, ਤੁਹਾਨੂੰ ਮੇਲੇ ਬਾਰੇ ਜਾਣਕਾਰੀ ਦਿੱਤੀ ਹੈ, ਇਹ ਵੀਡੀਓ ਅੱਜ ਬਣਾ ਰਹੇ ਹਾਂ, ਅੱਜ ਹੀ ਇਸ ਨੂੰ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗੇ। ਕਈ ਵਾਰ ਵੀਡੀਓ 5-4 ਦਿਨ ਲੇਟ ਹੋ ਜਾਂਦੀਆਂ, ਪਰ ਅਗਰ ਤੁਸੀਂ ਦੇਖੋਗੇ ਉਹਨਾਂ ਨੂੰ 2-3 ਹਫ਼ਤੇ ਬਾਅਦ ਤਾਂ ਉਹ ਮੀਨਿੰਗਲੈਸ ਹੋ ਜਾਂਦੀਆਂ, ਉਹ ਇੱਕ ਵੀਡੀਓ ਹੀ ਬਣ ਕੇ ਰਹਿ ਜਾਂਦੀ ਹੈ। ਤੁਹਾਡੀ ਜਾਣਕਾਰੀ ਜਿਹੜੀ ਤੁਹਾਨੂੰ ਸਮੇਂ ਸਿਰ ਮਿਲਣੀ ਚਾਹੀਦੀ ਹੁੰਦੀ, ਚਾਹੇ ਮੌਸਮ ਦੀ ਚਾਹੇ ਹੋਰ, ਆਪਾਂ ਮੌਸਮ ਦੀਆਂ ਵੀਡੀਓ ਇੱਥੇ ਬਹੁਤ ਘੱਟ ਬਣਾਉਂਦੇ ਹੈਗੇ, ਕਿਉਂਕਿ ਉਹਦੇ ਲਈ ਆਪਣੇ ਕੋਲ ਸਮਾਂ ਅਤੇ ਓਨਾ ਆਪਣਾ ਬ੍ਰੇਨ ਜਾਣਕਾਰੀ ਨਹੀਂ ਰੱਖਦਾ ਹੈਗਾ। ਅਤੇ ਆਉਣ ਵਾਲੇ ਦਿਨਾਂ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ, ਚੈਨਲ 'ਤੇ ਬਣੇ ਰਹੋ, ਸਬਸਕ੍ਰਾਈਬ ਕਰ ਲਿਓ, ਬੈਲ ਆਈਕਾਨ ਕਲਿੱਕ ਕਰ ਲਿਓ, ਅਤੇ ਸੁਬਹਾ ਸਵੇਰੇ ਸ਼ਾਮ ਜਦੋਂ ਵੀ ਟਾਈਮ ਲੱਗੇ ਚੈਨਲ ਨੂੰ ਸਰਚ ਕਰਕੇ ਕ੍ਰੋਪ ਇਨਫੋਰਮੇਸ਼ਨ ਆਪਦੀ ਲੋੜੀਂਦੀ ਜਾਣਕਾਰੀ ਦੇਖ ਲਿਆ ਕਰੋ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।